ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਜਿਹੜੀ ਲਿਖਤ ਅਸੀਂ ਪੜ੍ਹਨ ਜਾ ਰਹੇ ਹਾਂ ਉਹ ਹੈ ਜਗਸੀਰ ਸਿੰਘ ਜੀ ਦੀ ਹਾਂਜੀ ਜਗਸੀਰ ਸਿੰਘ ਜਗਸੀਰ ਸਿੰਘ ਪਰਥ ਆਸਟ੍ਰੇਲੀਆ ਤੋਂ ਇਹ ਲਿਖਦੇ ਹਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਅਤੇ TV84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਦੂਜੀ ਵਾਰ ਈਮੇਲ ਲਿਖ ਰਿਹਾ ਹਾਂ ਇਹ ਮੁੱਦਾ ਬੜਾ ਸੰਵੇਦਨਸ਼ੀਲ ਅਤੇ ਜ਼ਰੂਰੀ ਹੈ ਮੈਂ ਦਾੜੀ ਕੇਸ ਆਪਣੀ ਮਰਜ਼ੀ ਨਾਲ ਰੱਖੇ ਹੋਏ ਹਨ ਅਤੇ ਮੈਂ 19 ਸਾਲਾਂ ਦਾ ਹਾਂ ਪਰ ਜਦੋਂ ਮੈਂ ਅੱਜ ਦੀ ਸਿੱਖ ਪੀੜ੍ਹੀ ਨੂੰ ਦੇਖਦਾ ਹਾਂ ਤਾਂ ਬੜਾ ਦੁੱਖ ਹੁੰਦਾ ਹੈ ਕਿ ਸਾਡੇ ਕੋਲ ਪ੍ਰੇਰਣਾ ਦੀ ਘਾਟ ਹੈ ਜੇ ਅਸੀਂ ਸਿੱਖਾਂ ਦੀ ਲੀਡਰਸ਼ਿਪ 'ਤੇ ਨਜ਼ਰ ਮਾਰੀਏ ਤਾਂ ਸਿਮਰਨਜੀਤ ਸਿੰਘ ਮਾਨ ਜੀ ਤੋਂ ਬਿਨਾਂ ਕੋਈ ਨਜ਼ਰ ਨਹੀਂ ਆਉਂਦਾ ਮੈਨੂੰ ਪੰਜਾਬ 'ਚ ਹੋਰ ਕੋਈ ਸਿੱਖ ਲੀਡਰ ਨਹੀਂ ਦਿਸਦਾ ਜੋ ਭ੍ਰਿਸ਼ਟ ਨਾ ਹੋਵੇ ਖਾਸ ਕਰਕੇ ਇਹੋ ਜਿਹੇ ਲੋਕ ਹਨ ਜਿਵੇਂ ਕਿ ਗੁਰਬਚਨ ਕੁਮਾਰ ਜਥੇਦਾਰ ਅਵਤਾਰ ਲਾਲ ਮੱਕੜ ਪ੍ਰਕਾਸ਼ ਚੰਦ ਬਾਦਲ ਸੁਖਬੀਰ ਚੰਦ ਬਾਦਲ ਹਰਨਾਮ ਲਾਲ ਫਾਲਸਾ ਮੇਰੀ ਆਪਣੀ ਪ੍ਰੇਰਣਾ ਡਾਕਟਰ ਸਾਹਿਬ ਤੁਸੀਂ ਅਤੇ ਸਰਦਾਰ ਮਾਨ ਸਾਹਿਬ ਹੋ ਤੁਸੀਂ ਦੋ ਜਣੇ ਹੋ ਜੋ ਮੈਨੂੰ ਸਿਖਾਉਂਦੇ ਹੋ ਕਿ ਦੂਜਿਆਂ ਲਈ ਜ਼ਿੰਦਗੀ ਕਿਵੇਂ ਜਿਉਣੀ ਹੈ ਤੁਸੀਂ ਸਿੱਖ ਭਾਈਚਾਰੇ ਦੇ ਅਸਲ ਸੇਵਕ ਹੋ ਅਤੇ ਮੈਂ ਤੁਹਾਡੇ ਯਤਨਾਂ ਦੀ ਸ਼ਲਾਘਾ ਕਰਦਾ ਹਾਂ ਧੰਨਵਾਦ ਗੁਰਫਤਿਹ ਜੀ ਡਾਕਟਰ ਸਾਹਿਬ ਵੀਰ ਜਗਸੀਰ ਸਿੰਘ ਜੀ ਦਾ ਬਹੁਤ ਸ਼ੁਕਰੀਆ ਉਹਨਾਂ ਨੇ ਪਰਥ ਆਸਟ੍ਰੇਲੀਆ ਤੋਂ ਲਿਖਿਆ ਜੀ ਉਹ ਦੂਸਰੀ ਵਾਰ ਲਿਖ ਰਹੇ ਨੇ ਸਾਨੂੰ ਖੁਸ਼ੀ ਹੈ ਕਿ ਉਹ ਸਾਡੇ ਨਾਲ ਜੁੜੇ ਨੇ ਔਰ ਇਸ ਪ੍ਰੋਗਰਾਮ ਰਾਹੀਂ ਉਹਨਾਂ ਨੇ ਜਿਵੇਂ ਕਿਹਾ ਵੀ ਉਹਨਾਂ ਨੂੰ ਕੁਝ ਸਿੱਖਣ ਦਾ ਮੌਕਾ ਮਿਲਦਾ ਸਾਡਾ ਇਸ ਦੇ ਨਾਲ ਸੀਨਾ ਚੌੜਾ ਹੋ ਜਾਂਦਾ ਖੂਨ ਵੀ ਵੱਧ ਜਾਂਦਾ ਵੀ ਚਲੋ ਕਿ ਘੱਟੋ ਘੱਟ ਚਲੋ ਕੁਛ ਨਾ ਕੁਛ ਜਿਹੜਾ ਉਹ ਭਲੇ ਦਾ ਕੰਮ ਹੋ ਰਿਹਾ ਉਹਨਾਂ ਨੇ ਸਿੱਖੀ ਸਰੂਪ 'ਚ ਨੇ ਇਹ ਵੀ ਬੜੇ ਮਾਣ ਵਾਲੀ ਗੱਲ ਹੈ ਔਰ ਮੈਂ ਸਮਝਦਾ ਕਿ ਇਹ ਗੁਰੂ ਦਾ ਰੂਪ ਹੈ ਸਤਿਗੁਰੂ ਨੇ ਆਪਣਾ ਖਾਸ ਰੂਪ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਸੋ ਜਦੋਂ ਕੋਈ ਖਾਸ ਹੁੰਦਾ ਤਾਂ ਉਹਦੇ 'ਚ ਕੋਈ ਬਦਲੇ ਜਾਣ ਦੀ ਗੁੰਜਾਇਸ਼ ਨਹੀਂ ਹੁੰਦੀ ਇਹ ਖਾਸ ਰੂਪ ਗੁਰੂ ਕਲਗੀਧਰ ਪਾਤਸ਼ਾਹ ਦਾ ਔਰ ਅਸੀਂ ਜਦੋਂ ਸਿੱਖੀ ਸਰੂਪ 'ਚ ਵਿਚਰਦੇ ਹਾਂ ਅਸੀਂ ਇਨਫੈਕਟ ਉਸ ਪਿਤਾ ਦੇ ਪੁੱਤਰ ਹੋਣ ਦੇ ਨਾਤੇ ਉਹਨਾਂ ਦੇ ਉਸ ਵਿਰਸੇ ਨੂੰ ਜਿਹਦੇ 'ਚ ਉਹਨਾਂ ਨੇ ਫਰਮਾਇਆ ਕਿ ਪੰਥ ਖਾਲਸਾ ਖੇਤੀ ਮੇਰੀ ਹੌਂ ਸੰਭਾਲ ਕਰੋ ਅਤੇ ਸਕੇਰੀ ਅਸੀਂ ਉਸ ਪੰਥ ਦੇ ਵਾਲੀ ਦੀ ਖੇਤੀ ਹਾਂ ਔਰ ਸਾਡੇ ਲਈ ਇਹ ਬੜਾ ਜ਼ਰੂਰੀ ਹੈ ਕਿ ਵੀ ਅਸੀਂ ਗੁਰੂ ਦੇ ਉਪਦੇਸ਼ ਆਦਰਸ਼ ਔਰ ਉਹਨਾਂ ਨੇ ਜਿਹੜੇ ਖਾਲਸੇ ਰਾਹੀਂ ਔਰ ਖਾਲਸੇ ਨੇ ਗੁਰੂ ਰਾਹੀਂ ਜਿਹੜੇ ਕੀਰਤੀਮਾਨ ਸਥਾਪਿਤ ਕੀਤੇ ਨੇ 3 ਸਦੀਆਂ 'ਚ ਅਸੀਂ ਉਸ ਦੇ ਹਾਫਿਜ਼ ਰਹੀਏ ਉਸ ਨੂੰ ਬਰਕਰਾਰ ਰੱਖੀਏ ਜੀ ਉਹਨਾਂ ਨੇ ਪੰਜਾਬ ਦੇ ਹਵਾਲੇ ਨਾਲ ਮਾਨ ਸਾਹਿਬ ਦਾ ਜ਼ਿਕਰ ਕੀਤਾ ਸਾਨੂੰ ਉਹਨਾਂ ਨੇ ਚੰਗੇ ਹੋਣ ਦਾ ਸਰਟੀਫਿਕੇਟ ਜਿਹੜਾ ਬੜੇ ਪਿਆਰ ਨਾਲ ਸਰਟੀਫਿਕੇਟ ਨੈਗੇਟਿਵ ਨਹੀਂ ਹੈ ਦਿੱਤਾ ਔਰ ਉਹਨਾਂ ਨੇ ਕਿਉਂਕਿ ਜਿਹੜਾ ਕ੍ਰਾਈਟੇਰੀਆ ਰੱਖਿਆ ਉਹ ਇਹ ਸੀ ਕਿ ਜਿਹੜਾ ਭ੍ਰਿਸ਼ਟ ਨਾ ਹੋਏ ਉਹਨਾਂ ਨੇ ਕਿਹਾ ਕਿ ਵੀ ਜਿਸ ਤਰੀਕੇ ਨਾਲ ਪੰਜਾਬ ਦਾ ਮਾਹੌਲ ਹੈ ਵੀ ਕੋਈ ਐਸਾ ਸਿੱਖ ਲੀਡਰ ਨਜ਼ਰ ਨਹੀਂ ਆਉਂਦਾ ਜਿਹੜਾ ਭ੍ਰਿਸ਼ਟ ਨਾ ਹੋਏ ਅਸੀਂ ਸਮਝਦੇ ਹਾਂ ਵੀ ਅਸੀਂ ਸਾਰੇ ਹੀ ਗੁਨਾਹਗਾਰ ਹੈ ਮੈਂ ਵੀ ਆਪਣੇ ਆਪ ਨੂੰ ਉਹਨਾਂ ਗੁਨਾਹਗਾਰਾਂ 'ਚ ਹੀ ਮੰਨਦਾ ਔਰ ਇਹ ਗੁਰੂ ਕਲਗੀਧਰ ਪਾਤਸ਼ਾਹ ਦਾ ਆਪਣਾ ਬਿਰਦ ਹੈ ਔਰ ਇਹ ਉਹਨਾਂ ਦੀ ਆਪਣੀ ਦਿਵ ਦ੍ਰਿਸ਼ਟੀ ਦਇਆ ਦ੍ਰਿਸ਼ਟੀ ਕਰੁਣਾਮੀ ਜਿਹੜੀ ਕਰੁਣਾ ਔਰ ਪਿਆਰ ਹੈ ਜੇ ਕਿਸੇ ਦੇ ਸਿਰ 'ਤੇ ਹੱਥ ਰੱਖ ਕੇ ਉਸ ਤੋਂ ਕੋਈ ਸੇਵਾ ਲੈ ਲੈਣ ਕਿਸੇ ਫੀਲਡ ਦੇ ਵਿੱਚ ਵੀ ਔਰ ਮੈਂ ਸਮਝਦਾ ਵੀ ਜਦੋਂ ਉਹਨਾਂ ਨੇ ਇੰਸਪੀਰੇਸ਼ਨ ਦੀ ਗੱਲ ਕੀਤੀ ਹੈ ਅਤੇ ਮੇਰੇ ਸਾਹਮਣੇ ਮੈਂ ਰੋਜ਼ਾਨਾ ਉਹ ਮੇਰੇ ਧਿਆਨ 'ਚ ਗੁਰਸਿੱਖ ਵੀਰ ਭੈਣਾਂ ਨੇ ਜਿਹੜੇ ਕਿੰਨਾ ਟਫ ਸਰਕਮਸਟਾਂਸਿਸ 'ਚ ਜਿਨ੍ਹਾਂ ਨੇ ਬੀਤੇ ਦਾ ਇਤਿਹਾਸ ਸਿਰਜਿਆ ਔਰ ਅੱਜ ਵੀ ਜਦੋਂ ਅਸੀਂ ਇਹਨਾਂ 25-30 ਸਾਲ ਦੇ ਪੀਰੀਅਡ 'ਚ ਹੀ ਦੇਖਦੇ ਹਾਂ ਕਿ ਕਿਸ ਸਿਦਕ ਦਿਲੀ ਦੇ ਨਾਲ ਕਿਸ ਹਿੰਮਤ ਦੇ ਨਾਲ ਕਿਸ ਵਿਸ਼ਵਾਸ ਦੇ ਨਾਲ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਦੇ ਪ੍ਰਣ ਨੂੰ ਸਾਡੇ ਬਹੁਤ ਸਾਰੇ ਵੀਰਾਂ ਭੈਣਾਂ ਨੇ ਆਪਣੇ ਸ਼ਹੀਦਾਂ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ 'ਤੇ ਭੰਨ ਕੇ ਨਿਭਾਇਆ ਜੀ ਫਿਰ ਸਾਡੇ ਸਾਹਮਣੇ ਉਹ ਮਾਤਾਵਾਂ ਉਹ ਭੈਣਾਂ ਉਹ ਸਿੰਘਣੀਆਂ ਨੇ ਜਿਨ੍ਹਾਂ ਦੇ ਸਿਰਾਂ ਦੇ ਸਾਈਂ ਚਲੇ ਗਏ ਜਿਨ੍ਹਾਂ ਦੇ ਜਿਹੜੇ ਨੇ ਪੁੱਤਰ ਚਲੇ ਗਏ ਜਿਨ੍ਹਾਂ ਦੇ ਬੇਟੇ ਚਲੇ ਗਏ ਪਰ ਇਹਦੇ ਬਾਵਜੂਦ ਉਹ ਕਿਹਨਾਂ ਹਾਲਾਤਾਂ 'ਚ ਕੋਈ ਗੁਰਦੁਆਰਿਆਂ 'ਚ ਭਾਂਡਿਆਂ ਦੀ ਸੇਵਾ ਕਰਕੇ ਕੋਈ ਕੱਪੜੇ ਸੀ ਕੇ ਕੋਈ ਹੋਰ ਉਹਨਾਂ ਨੇ ਬੱਚੇ ਬੱਚੀਆਂ ਨੂੰ ਪਾਲਿਆ ਔਰ ਉਸ ਸਿਦਕ ਨੂੰ ਕਾਇਮ ਰੱਖਿਆ ਫਿਰ ਉਹ ਨੇ ਜਿਹੜੇ ਅੱਜ ਵੀ ਪਰ ਜਵਾਨੀ 'ਚ ਜਿਹੜੇ ਜੇਲ੍ਹਾਂ ਦੇ ਵਿੱਚ ਗਏ 20-20 22-22 25-25 ਸਾਲ ਹੋ ਗਏ ਨੇ ਜੇਲ੍ਹਾਂ ਦੇ ਵਿੱਚ ਬੈਠੇ ਨੇ
ਔਰ ਅੱਜ ਵੀ ਸਾਡੇ ਹਵਾਰੇ ਤਾਰੇ ਬੇਸ਼ੱਕ ਉਹ ਹੱਥਕੜੀਆਂ 'ਚ ਨੇ, ਬੇੜੀਆਂ 'ਚ ਨੇ, ਜਦੋਂ ਉਹ ਬਾਹਰ ਆਉਂਦੇ ਨੇ ਤੁਹਾਨੂੰ ਉਹਨਾਂ ਦੇ ਚਿਹਰੇ ਜਿਹੜੇ ਦਗ ਦਗ ਕਰਦੇ ਔਰ ਉਹਨਾਂ ਦੇ ਚਿਹਰਿਆਂ 'ਤੇ ਉਹ ਮੁਸਕਰਾਹਟ ਨਜ਼ਰ ਆਉਂਦੀ ਹੈ ਜੀ, ਔਰ ਉਹ ਆਜ਼ਾਦੀ ਦੇ ਤਰਾਨੇ ਗਾਉਂਦੇ ਨੇ। ਸੋ ਮੈਂ ਸਮਝਦਾ ਹਾਂ ਵੀ ਅਸੀਂ ਸਾਰੇ ਜਿਹੜੇ ਨੇ ਅਸੀਂ ਤਾਂ ਬਹੁਤ ਸੀਮਤ ਦਾਇਰੇ ਦੇ ਵਿੱਚ ਗੱਲ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਬਹੁਤ ਸਾਰੇ ਨਾਇਕ ਨੇ, ਬਹੁਤ ਸਾਰੇ, ਔਰ ਮੈਂ ਇੱਕ ਜ਼ਰੂਰ ਆਪਣੇ ਇਸ ਜਗਸੀਰ ਸਿੰਘ ਵੀਰ ਨੂੰ ਬੇਨਤੀ ਕਰਾਂਗਾ ਕਿ ਬਹੁਤ ਵਾਰ ਜਦੋਂ ਅਸੀਂ ਬੰਦੇ ਦੀ ਓਟ ਰੱਖਦੇ ਹਾਂ ਜਾਂ ਬੰਦੇ ਨੂੰ ਹੀ ਸਮਝਦੇ ਹਾਂ, ਕਿਸੇ ਨੂੰ ਵੀ ਬੰਦਾ ਜਾਂ ਬੀਬੀ ਕਿ ਜੀ, ਅਤੇ ਰੱਬ ਨਾ ਕਰੇ ਜਦੋਂ ਉਸ ਦੇ ਵਿੱਚ ਕਿਤੇ ਕਮਜ਼ੋਰੀ ਆਉਂਦੀ ਹੈ ਜਾਂ ਕੋਈ ਚੀਜ਼, ਜਿਵੇਂ ਭਾਈ ਗੁਰਬਖਸ਼ ਸਿੰਘ ਦੇ ਮੁੱਦੇ 'ਤੇ ਹੋਇਆ ਜੀ, ਹੁਣ ਜੇ ਬਾਪੂ ਸੂਰਤ ਸਿੰਘ 83 ਸਾਲਾਂ ਦਾ ਬੈਠਾ ਵੀ ਹੈ ਵਰਤ 'ਤੇ, ਇਹਦੇ ਬਾਵਜੂਦ ਫੋਰਸ ਫੀਡਿੰਗ ਹੈ ਉਹਨਾਂ ਨਾਲ, ਅਸੀਂ ਦੇਖਦੇ ਹਾਂ ਕੀ ਸਲੂਕ ਹੋ ਰਿਹਾ, ਪਰ ਬਹੁਤ ਵੱਡਾ ਕੌਮ ਦਾ ਹਿੱਸਾ ਜਿਹੜਾ ਉਹ ਜਾਗਣ ਕੀ ਮਤਲਬ ਉਹਨਾਂ ਦਾ ਵਿਸ਼ਵਾਸ ਟੁੱਟ ਗਿਆ ਕਿ ਜੀ ਇਹ ਪਤਾ ਨਹੀਂ ਇਵੇਂ ਹੀ ਹੈ ਕੰਮ। ਸੋ ਅਸੀਂ ਇਹ ਸਮਝਦੇ ਹਾਂ ਵੀ ਜੁੜੀਏ ਆਦਰਸ਼ ਦੇ ਨਾਲ, ਜਿਹਦਾ ਤੁਹਾਨੂੰ ਸਾਥ ਮਿਲਦਾ, ਜਿਹੜਾ ਕੋਈ ਉਂਗਲ ਫੜਦਾ, ਜਿਹੜੇ ਤੁਸੀਂ ਉਹਨੂੰ ਠੀਕ ਹੈ ਸਰਾਹਨਾ ਕਰੋ, ਪਰ ਮੋਟੀਵੇਸ਼ਨ ਇੰਸਪੀਰੇਸ਼ਨ ਗੁਰੂ ਔਰ ਗੁਰੂ ਖਾਲਸੇ ਦਾ ਉਹ ਆਦਰਸ਼ ਜਿੱਥੇ ਕੋਈ ਕਮਜ਼ੋਰੀ ਕੋਈ ਕਰੈਕ ਨਹੀਂ ਹੈ। ਜਦੋਂ ਤੱਕ ਬੰਦਾ ਜਿਉਂਦਾ ਪਤਾ ਨਹੀਂ ਕਦੋਂ ਕੀ ਕਿੱਥੇ ਆ ਕੇ ਡਿੱਗ ਪੈਣਾ ਹੁੰਦਾ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਇਹ ਯੰਗ ਨੇ ਬਹੁਤ, 19 ਸਾਲ ਹਾਈ ਸਕੂਲ 'ਚੋਂ ਮਸੀਂ ਨਿਕਲੇ ਹੋਣਗੇ, ਪਹਿਲਾ ਸਾਲ ਹੈ, ਪਰ ਸਿੱਖੀ ਭਾਵ ਨੇ ਔਰ ਪੰਥ ਲਈ ਪਿਆਰ ਰੱਖਦੇ ਨੇ। ਤੁਹਾਡੀ ਇਹ ਨਿਰਾਸ਼ਾ ਮੈਨੂੰ ਹੋਰ ਖੁਸ਼ੀ ਅਤੇ ਮਜ਼ਾ ਦਿੰਦੀ ਹੈ। ਮੈਨੂੰ ਆਪਣੇ ਦੁਸ਼ਮਣ ਨੂੰ ਹਤਾਸ਼ ਦੇਖ ਕੇ ਬੜਾ ਆਨੰਦ ਆਉਂਦਾ ਹੈ। ਤੁਹਾਡੀ ਤਾਂ ਕੋਈ ਮਦਦ ਵੀ ਨਹੀਂ ਕਰਦਾ। ਹੁਣ ਤਾਂ ਪੂਰਾ ਪੰਜਾਬ ਭਗਵਾਂ ਹੋ ਚੱਲਿਆ ਹੈ ਅਤੇ 2020 ਤੱਕ ਪੰਜਾਬ ਇੱਕ ਹਿੰਦੂ ਬਹੁਮਤ ਵਾਲਾ ਰਾਜ ਬਣ ਜਾਵੇਗਾ। ਮੈਂ ਦੁਬਾਰਾ ਕਿਸੇ ਭਿੰਡਰਾਂ ਵਾਲੇ ਵਰਗੇ ਕੱਟੜ ਅੱਤਵਾਦੀ ਵੱਲੋਂ ਗੋਲਡਨ ਟੈਂਪਲ ਨੂੰ ਓਕੋਪਾਈ ਕਰਨ ਦੀ ਉਡੀਕ ਕਰ ਰਿਹਾ ਹਾਂ ਤਾਂ ਜੋ ਇਸ ਵਾਰ ਅਸੀਂ ਬ੍ਰਹਮੋ ਮਿਜ਼ਾਈਲ ਵਰਤੀਏ ਅਤੇ ਮੁੱਢੋ ਹੀ ਸਭ ਤਬਾਹ ਕਰ ਦਈਏ ਅਤੇ ਤੁਹਾਨੂੰ ਇੱਕ ਚੰਗਾ ਸਬਕ ਸਿਖਾਇਆ ਜਾਵੇ ਤਾਂ ਜੋ ਅੱਗੇ ਤੁਸੀਂ ਭਾਰਤੀ ਸਥਾਪਨਾ ਖਿਲਾਫ ਸਿਰ ਨਾ ਚੁੱਕ ਸਕੋ। ਸਾਨੂੰ ਭੜਕਾਓ ਨਹੀਂ, ਅਸੀਂ ਤੁਹਾਨੂੰ ਬਿਲਕੁਲ ਖਤਮ ਕਰ ਦਿਆਂਗੇ। ਅਮਰਜੀਤ ਸਿੰਘ ਜੀ, ਸਾਨੂੰ RSS ਤੇ ਮਾਣ ਹੈ, ਇੱਥੋਂ ਤੱਕ ਕਿੰਨੇ ਸਿੱਖ ਵੀ RSS ਸ਼ਾਮਿਲ ਹਨ ਜੀ? ਡਾਕਟਰ ਸਾਹਿਬ ਦੇਖ ਲਓ, ਸਾਡੇ ਦੋਸਤ ਆ ਗਏ ਜੀ, ਵੈਲਕਮ ਬੈਕ। ਸੋ ਇਹ ਨਾਲ ਨਾਲ ਹੀ ਰਹਿਣ ਤੇ ਚੰਗੇ ਨੇ, ਜਗਸੀਰ ਸਿੰਘ ਵਰਗੇ ਥੋੜਾ ਜਿਹਾ ਹੌਸਲਾ ਦਿੰਦੇ ਨੇ ਜੀ, ਤੇ ਇਹ ਜ਼ਿਆਦਾ ਹੌਸਲਾ ਦਿੰਦੇ ਨੇ, ਲੱਗਦਾ ਵੀ ਤੀਰ ਟਿਕਾਣੇ ਤੇ ਹੈ ਜੀ, ਬਿਲਕੁਲ, ਕਿਉਂ ਨਹੀਂ। ਇਹਨਾਂ ਦਾ ਅਨਕੇਤ ਕੁਮਾਰ ਜਾਂ ਜੋ ਵੀ ਨੇ, ਪਤਾ ਨਹੀਂ ਕੀ ਨੇ ਜੀ, ਭੁਵਨੇਸ਼ਵਰ 'ਚ ਬੈਠੇ ਨੇ, ਉੜੀਸਾ 'ਚ। ਕਦੇ ਭੁੱਖ ਨੰਗ ਦਾ ਦੇਖਣਾ ਹੋਏ ਤਾਂ ਫਿਰ ਜਾਂ ਬੰਗਲਾਦੇਸ਼ ਕਹੀਦਾ ਤੇ ਜਾਂ ਪੰਜਾਬ, ਮੈਂ ਕਿਹੜਾ ਉੜੀਸਾ 'ਚੋਂ ਆਇਆ ਜੀ। ਸੁਲੇਖਨ ਭੁੱਖ ਨੰਗ ਦੇ ਵਿੱਚ ਵੀ ਬੈਠੇ ਜਿਹੜੇ ਨੇ RSS ਦੇ ਫੁੱਟ ਸ਼ੋਲਜਰ ਨੇ, ਔਰ ਬੜੀ ਲੋਇਲਟੀ ਦੇ ਨਾਲ, ਵਫਾਦਾਰੀ ਦੇ ਨਾਲ RSS ਦੀ ਜਿਹੜੀ ਹੈ ਲਾਈਨ ਉਹਨੂੰ ਟੋਹ ਕਰ ਰਹੇ ਨੇ ਜੀ। ਸੋ ਇਹ ਕਹਿੰਦੇ ਨੇ ਜੀ, ਸਾਨੂੰ ਨਿਰਾਸ਼ ਦੇਖ ਕੇ ਇਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ, ਬਹੁਤ ਚਾਅ ਚੜ੍ਹਦੇ ਜੀ। ਫਿਰ ਕਹਿੰਦੇ ਨੇ ਜੀ, ਤੁਸੀਂ ਫਿਕਰ ਨਾ ਕਰੋ, ਅਸੀਂ ਪੰਜਾਬ ਵੀ ਭਗਵਾ ਕਰਤਾ, 2020 ਤੱਕ ਸਾਰੇ ਅਸੀਂ ਬਹੁਮਤ ਹਿੰਦੂ ਸਟੇਟ ਬਣਾ ਦੇਣੀ ਹੈ। ਫਿਰ ਇਹ ਕਹਿੰਦੇ ਨੇ ਜੀ, ਅਸੀਂ ਤਾਂ ਡੀਕ ਰਹੇ ਹਾਂ ਕਿ ਕੋਈ ਹੋਰ ਪਿੰਡਾਂ ਵਾਲਾ ਆ ਕੇ ਆਕੂਪਾਈ ਕਰੇ ਦਰਬਾਰ ਸਾਹਿਬ, ਅਤੇ ਅਸੀਂ ਬ੍ਰਹਮੋ ਮਿਸਾਈਲ ਛੱਡੀਏ ਅਤੇ ਅਸੀਂ ਸਾਰਾ ਹੀ ਤਬਾਹ ਕਰ ਦਈਏ। ਬਾਕੀ ਵੀ RSS 'ਤੇ ਸਾਨੂੰ ਮਾਣ ਹੈ ਜੀ। ਸੋ ਮਿਸਟਰ ਅਨਕੇਤ ਕੁਮਾਰ, ਤੁਸੀਂ ਆਪਣੀ ਸੁਪਨਿਆਂ ਦੀ ਦੁਨੀਆ 'ਚ ਰਹੋ, ਤੁਹਾਨੂੰ ਬਹੁਤ ਮਾਣ ਹੈ, ਤੁਹਾਡਾ RSS ਬਹੁਤ ਤਾਕਤਵਰ ਹੈ, ਬਹੁਤ ਤਗੜਾ ਹੈ ਜੀ। ਵੈਸੇ ਇਸ RSS ਦੀ ਇੱਕ ਅੱਧੀ ਬ੍ਰਿਗੇਡ ਉੱਧਰ ਚੀਨ ਵੱਲ ਵੀ ਭੇਜ ਦਿਓ, ਜਿਹੜੇ ਹਰ ਚੌਥੇ ਦਿਨ ਆ ਕੇ ਤੁਹਾਡੇ ਜੁੱਤੀਆਂ ਮਾਰ ਕੇ ਆਪਣਾ ਲਾਲ ਝੰਡਾ ਲਾ ਕੇ ਜਾਂਦੇ ਨੇ, ਉਹਨਾਂ ਨੂੰ ਜਾ ਕੇ ਜ਼ਰਾ ਦੱਸੋ ਤਾਂ ਸਹੀ ਤੁਹਾਡੀ ਬਹਾਦਰੀ। ਹੁਣ ਤੱਕ ਤਾਂ ਤੁਸੀਂ ਦੂਸਰਿਆਂ ਦੇ ਹੀ, ਉਹ ਜਿਵੇਂ ਸ਼ੇਰ ਮਾਰਦਾ ਸ਼ਿਕਾਰ ਅਤੇ ਆ ਕੇ ਫਿਰ ਗਿੱਦੜ ਅਤੇ ਦੂਸਰੇ ਜਿਹੜੇ ਨੇ ਲੂੰਬੜੀ, ਉਹ ਚੰਬੜੇ ਹੁੰਦੇ ਨੇ ਉਹਨੂੰ, ਤੁਸੀਂ ਜ਼ਰਾ ਹੁਣ ਤੱਕ ਤਾਂ ਦੂਸਰਿਆਂ ਦੀਆਂ ਮਾਰਾਂ, ਸਿੱਖਾਂ ਦੀ ਕਮਾਈ ਨੂੰ ਹੀ, ਜਿਹੜਾ 1000 ਸਾਲ ਦੀ ਗੁਲਾਮੀ 'ਚੋਂ ਜਿਹਨਾਂ ਨੇ ਤੁਹਾਨੂੰ ਕੱਢਿਆ, ਖਾ ਰਹੇ ਹੋ, ਜ਼ਰਾ ਆਪਣਾ ਭੇਜੋ ਇਹ। ਜੇ ਤੁਹਾਨੂੰ ਬਹੁਤ ਚੰਗੀ ਗੱਲ ਹੈ RSS 'ਤੇ ਮਾਣ ਹੈ, ਉੱਧਰ ਭੇਜੋ ਚੀਨ ਵੱਲ ਜੀ, ਜੇ ਉੱਧਰ ਨਹੀਂ ਭੇਜਣਾ ਤਾਂ ਇੱਧਰ ਹੀ ਭੇਜ ਦਿਓ, ਅਫਗਾਨਿਸਤਾਨ ਵੱਲ, ਜ਼ਰਾ ਤਾਲਿਬਾਨ ਦੇ ਸਾਹਮਣੇ ਤੁਹਾਡੇ ਨਿੱਕਰਧਾਰੀ ਯੋਧੇ ਖਲੋਣ ਤਾਂ ਸਹੀ, ਪਤਾ ਤਾਂ ਲੱਗੇ। ਅਤੇ ਤੁਹਾਡੀ ਬ੍ਰਹਮੋ ਮਿਸਾਈਲ ਜਿਹੜੀ ਤੁਸੀਂ ਰੱਖੀ ਹੋਈ ਹੈ ਭਿੰਡਰਾਂ ਵਾਲਿਆਂ ਦੇ ਨਾਲ ਦਰਬਾਰ ਸਾਹਿਬ ਨੂੰ ਵੀ ਤਬਾਹ ਕਰਨ ਲਈ, ਇਹ ਉੱਥੇ ਚੀਨ 'ਚ ਨਹੀਂ ਚੱਲਦੀ, ਪਾਕਿਸਤਾਨ 'ਚ ਨਹੀਂ ਚੱਲੀ,
ਹੁਣ ਤੱਕ ਤੁਸੀਂ 50-60 ਹਜ਼ਾਰ ਸਕੇਅਰ ਮਾਈਲ ਆਪਣਾ ਏਰੀਆ ਚੀਨ ਕੋਲ ਗਵਾਇਆ ਹੋਇਆ ਹੈ। ਪਾਕਿਸਤਾਨ ਦੇ ਸਾਹਮਣੇ ਤੁਸੀਂ ਜਿਹੜਾ ਉਹ ਗੱਲਾਂ ਉੱਥੇ ਬਾਰਡਰ 'ਤੇ ਬੈਠੇ ਠੂ ਠੂ ਕਰੀ ਜਾਂਦੇ ਹੋ, ਜਰਾ ਬ੍ਰਹਮੋ ਮਿਸਾਇਲ ਚਲਾ ਕੇ ਤਾਂ ਦਿਖਾਓ, ਫਿਰ ਤੁਹਾਨੂੰ ਪਾਕਿਸਤਾਨ ਵਾਲੇ ਫਿਰ ਤੁਹਾਨੂੰ ਚੀਨ ਵਾਲੇ ਦੱਸਣਗੇ ਵੀ ਤੁਹਾਡੀ ਬਹਾਦਰੀ ਕੀ ਹੈ। ਬਾਕੀ ਤੁਸੀਂ ਪੰਜਾਬ, ਹਾਂ ਇਹ ਤੁਹਾਡੀ ਜ਼ਰੂਰ ਕਾਮਯਾਬੀ ਹੈ ਕਿ ਤੁਸੀਂ ਪ੍ਰਕਾਸ਼ ਸਿੰਘ ਬਾਦਲ ਇੱਕ ਕੁਹਾੜੀ ਦਾ ਦਸਤਾ ਜ਼ਰੂਰ ਲੱਭਿਆ RSS ਨੇ, ਜਿਹਦੇ ਥੱਲੇ ਉਹ ਇੱਕ ਤੋਂ ਬਾਅਦ ਇੱਕ ਕਾਂਡ ਕਰ ਰਹੇ ਸਿੱਖ ਸੰਸਥਾਵਾਂ ਦਾ। ਲੇਟੈਸਟ ਤੁਹਾਡੀ ਕਾਮਯਾਬੀ ਨਾਨਕਸ਼ਾਹੀ ਕੈਲੰਡਰ ਦਾ ਮਰਡਰ ਹੈ ਜੀ, ਇਸ ਲਈ ਤੁਹਾਨੂੰ ਜ਼ਰੂਰ ਇਹ ਲੱਗਣਾ ਚਾਹੀਦਾ। ਪਰ ਜਿਵੇਂ ਕਹਿੰਦੇ ਨੇ ਕਿ ਅਸੀਂ ਸ਼ਾਇਦ ਕੋਈ ਬੈਟਲ ਲੂਜ਼ ਕੀਤੀ ਹੋ ਸਕਦੀ, ਜੇ ਵਾਰ ਤਾਂ ਜਾਰੀ ਹੈ, ਜਦੋਂ ਤੱਕ ਸਿੱਖ ਉਸ ਧਰਤੀ 'ਤੇ ਕਾਇਮ ਨੇ ਫਿਕਰ ਨਾ ਕਰੋ। ਇਹ ਜਿਹੜੇ ਤੁਹਾਡੇ ਬਣਾਏ ਹੋਏ, ਤੁਹਾਡੇ ਖਰੀਦੇ ਹੋਏ ਇਸ ਕਿਸਮ ਦੇ ਟਾਊਟ ਕਿਸਮ ਦੇ ਬੰਦੇ ਨੇ, ਮੁੜ ਕੇ ਤਾਂ ਇਹਨਾਂ ਨੇ ਲੱਭਣਾ ਨਹੀਂ ਹੈ, ਨਿਕਰਾਂ ਲਿਬੜੀਆਂ ਹੋਣੀਆਂ। ਸੋ ਤੁਸੀਂ ਹੌਸਲਾ ਰੱਖੋ, ਅਤੇ ਵੈਸੇ ਉੜੀਸਾ 'ਚ ਰਹਿੰਦੇ ਹੋ, ਭੁੱਖੇ ਨਾ ਰਿਹਾ ਕਰੋ, ਨੇੜੇ ਤੇੜੇ ਪਟਨਾ ਸਾਹਿਬ ਨੇੜੇ ਆ, ਦੂਜਾ ਜਾ ਕੇ ਖਾ ਖੂ ਆਇਆ ਕਰੋ ਗੁਰੂ ਕੇ ਲੰਗਰ 'ਚੋਂ ਵੀ, ਤਾਂ ਕਿ ਤੁਹਾਡਾ ਜਿਹੜਾ ਇਹ ਡਰੀਮ ਵੀ ਕਾਇਮ ਰਹੇ, ਡੇ ਡਰੀਮਿੰਗ ਜਿਹੜੀ ਤੁਸੀਂ ਕਰਦੇ ਹੋ। ਬਾਕੀ ਆਉਣ ਵਾਲੇ ਪੀਰੀਅਡ 'ਚ ਜ਼ਰੂਰ ਆਪਣੇ ਇਸ ਕਿਸਮ ਦੇ ਜਿਹੜੇ ਮੁਬਾਰਕ ਲਫ਼ਜ਼ ਨੇ ਉਹਨਾਂ ਨਾਲ ਸਾਨੂੰ ਨਿਵਾਜਦੇ ਰਹੋ। ਸੋ ਤੁਹਾਡੇ ਇਹਨਾਂ ਲਫ਼ਜ਼ਾਂ 'ਚੋਂ ਸਾਨੂੰ ਬਹੁਤ ਹੌਸਲਾ ਮਿਲਦਾ, ਸਾਡੀ ਨਿਰਾਸ਼ਾ ਜਿਹੜੀ ਉਹ ਦੂਰ ਹੋ ਜਾਂਦੀ, ਦੂਰ ਹੋ ਜਾਂਦੀ ਜੀ, ਬਿਲਕੁਲ। ਬ੍ਰੇਕ ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।